ਜਿਮ ਫੈਲਨ ਦੇ ਸ਼ੋਅ 'ਚ ਪਹੁੰਚਿਆ ਦੁਸਾਂਝਾ ਵਾਲਿਆ। ਜੈੱਟ ਐਂਡ ਜੂਲੀਅਟ ਲਈ ਦਲਜੀਤ ਨੂੰ ਮਿਲੇ ਬਲੈਂਕ ਚੈੱਕ ਦਾ ਕੀ ਹੈ ਰਾਜ਼? ਐਮ ਏ ਵਿਰਕ ਸੋਨਮ ਬਾਜਵਾ ਨੂੰ ਤੋਹਫੇ ਵਿੱਚ ਦੇਣ ਜਾ ਰਹੇ ਨੇ ਕਿਹੜੀ ਕਾਰ? ਅਤੇ ਬਾਲੀਵੁੱਡ ਦੇ ਵਿੱਚ ਸੋਨਾਕਸ਼ੀ ਸਿਨਹਾ ਦੇ ਵਿਆਹ ਨੂੰ ਲੈ ਕੇ ਕਿਉਂ ਹੈ ਬਵਾਲ? ਐਂਟਰਟੇਨਮੈਂਟ ਜਗਤ ਦੀਆਂ ਇਹ ਸਾਰੀਆਂ ਖਬਰਾਂ ਅਸੀਂ ਤੁਹਾਨੂੰ ਸੁਣਾਵਾਂਗੇ। ਚਲੋ ਫਿਰ ਕਰਦੇ ਹਾਂ ਸ਼ੁਰੂ ਫਨਫਲਿਕਸ ਨਿਊਜ਼। ਦਿਲਜੀਤ ਦੁਸਾਂਝ ਨੇ ਇੱਕ ਹੋਰ ਕਾਮਯਾਬੀ ਆਪਣੇ ਨਾਮ ਦਰਜ ਕਰਾ ਲਈ ਹੈ। ਜੀ ਹਾਂ, ਦਿਲਜੀਤ ਦੁਸਾਂਝ ਅਮੈਰੀਕਾ ਦੇ ਪ੍ਰਸਿੱਧ ਸ਼ੋਅ ਦ ਫੈਲਨ ਸ਼ੋਅ ਦੇ ਵਿੱਚ ਜਾ ਰਹੇ ਨੇ। ਇੱਕ ਤਸਵੀਰ ਨੂੰ ਸਾਂਝਾ ਕਰਦਿਆਂ ਦਿਲਜੀਤ ਨੇ ਲਿਖਿਆ, ਪੰਜਾਬੀ ਆ ਗਏ ਹੋਏ, ਹੁਣ ਭੰਗੜਾ ਮੇਨ ਸਟ੍ਰੀਮ ਪੈਣਾ ਪ੍ਰੋਪਰ ਹਾਲੀਵੁੱਡ ਸਟਾਈਲ। ਇਸ ਤਸਵੀਰ ਦੇ ਹੇਠਾਂ, ਇਸ ਪੋਸਟ ਦੇ ਹੇਠਾਂ ਕਰੀਨਾ ਕਪੂਰ ਨੇ ਕਮੈਂਟ ਕਰਦਿਆਂ ਉਫ ਲਿਖਿਆ। ਉੱਥੇ ਹੀ ਅਨਿਲ ਕਪੂਰ, ਨੀਸ਼ਾ ਬਾਨੋ ਅਤੇ ਨੀਰੂ ਬਾਜਵਾ ਨੇ ਵੀ ਰਿਐਕਸ਼ਨਸ ਭੇਜੇ। ਵੈਲ, ਇਸ ਸ਼ੋਅ ਦੇ ਰਿਲੀਜ਼ ਹੋਣ ਦਾ ਦਿਲਜੀਤ ਦੁਸਾਂਝ ਦੇ ਫੈਨਸ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੈ। ਜੈੱਟ ਐਂਡ ਜੂਲੀਅਟ 3 ਫਿਲਮ ਦਾ ਜੋ ਟ੍ਰੇਲਰ ਹੈ ਮੁੰਬਈ ਦੇ ਵਿੱਚ ਲਾਂਚ ਕੀਤਾ ਗਿਆ। ਨੀਰੂ ਬਾਜਵਾ ਦਿਲਜੀਤ ਦੁਸਾਂਝ ਦੀ ਤਾਰੀਫ ਕਰਦੇ ਨਜ਼ਰ ਆਏ। ਉੱਥੇ ਹੀ ਜੈੱਟ ਐਂਡ ਜੂਲੀਅਟ 1 ਫਿਲਮ ਬਣਨ ਦਾ ਜੋ ਕਿੱਸਾ ਹੈ ਦਿਲਜੀਤ ਨੇ ਸਭ ਨਾਲ ਸਾਂਝਾ ਕਰ ਹੈਰਾਨ ਕਰ ਦਿੱਤਾ ਕਿ ਇਸ ਫਿਲਮ ਲਈ ਦਿਲਜੀਤ ਦੁਸਾਂਝ ਨੂੰ ਬਲੈਂਕ ਚੈੱਕ ਔਫਰ ਹੋਇਆ ਸੀ। ਹਾਲਾਂਕਿ ਦਿਲਜੀਤ ਇਸ ਫਿਲਮ ਦੀ ਪੇਸ਼ਕਸ਼ ਨੂੰ ਠੁਕਰਾਉਣਾ ਚਾਹੁੰਦੇ ਸਨ, ਲੇਕਿਨ ਜੈੱਟ ਐਂਡ ਜੂਲੀਅਟ ਫਿਲਮ ਮੁਕੰਮਲ ਵੀ ਹੋਈ ਤਮਾਮ ਦਿੱਕਤਾਂ ਦੇ ਬਾਵਜੂਦ ਅਤੇ ਨਾਲ ਹੀ ਸਕਸੈਸਫੁਲ ਵੀ ਰਹੀ। ਜੈੱਟ ਐਂਡ ਜੂਲੀਅਟ 2 ਫਿਲਮ ਨੇ ਵੀ ਬਾਕਸ ਆਫਿਸ 'ਤੇ ਕਮਾਲ ਕਰ ਦਿੱਤੀ ਸੀ। ਇਸ ਫਿਲਮ ਦੇ ਲਈ ਵੀ ਦੁਸਾਂਝਾ ਵਾਲੇ ਨੂੰ ਬਲੈਂਕ ਚੈੱਕ ਹੀ ਔਫਰ ਹੋਇਆ ਸੀ। ਦਿਲਜੀਤ ਨੇ ਜੈੱਟ ਐਂਡ ਜੂਲੀਅਟ 2 ਲਈ ਜੋ ਫੀਸ ਚਾਰਜ ਕੀਤੀ ਸੀ ਉਹ ਪੰਜਾਬੀ ਇੰਡਸਟਰੀ ਦੇ ਐਕਟਰਸ ਨੂੰ ਮਿਲਣ ਵਾਲੀ ਫੀਸ ਤੋਂ ਕਈ ਗੁਣਾ ਜ਼ਿਆਦਾ ਸੀ, ਇਹ ਕਹਿ ਸਕਦੇ ਹਾਂ। ਸੋ ਦਿਲਜੀਤ ਦੁਸਾਂਝ ਪੰਜਾਬੀ ਇੰਡਸਟਰੀ ਦੇ ਸਭ ਤੋਂ ਮਹਿੰਗੇ ਅਦਾਕਾਰ ਦੇ ਰੂਪ ਵਿੱਚ ਸਥਾਪਿਤ ਹਨ। ਐਮੀ ਵਿਰਕ ਅਤੇ ਸੋਨਮ ਬਾਜਵਾ ਦੀ ਆਉਣ ਵਾਲੀ ਫਿਲਮ ਕੁੜੀ ਹਰਿਆਣੇ ਵਾਲ ਦੀ ਦਾ ਟ੍ਰੇਲਰ ਵੀ ਮੁੰਬਈ ਦੇ ਵਿੱਚ ਲਾਂਚ ਕੀਤਾ ਗਿਆ ਸੀ। ਦੋਵੇਂ ਬੇਹੱਦ ਮਸਤੀ ਕਰਦੇ ਹੋਏ ਨਜ਼ਰ ਆਏ ਸਨ। ਪੰਜਾਬ ਦੇ ਵਿੱਚ ਵੀ ਉਹਨਾਂ ਦੇ ਵੱਲੋਂ ਇੱਕ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਐਮੀ ਵਿਰਕ ਨੇ ਸੋਨਮ ਬਾਜਵਾ ਨੂੰ ਕਿਹੜੀ ਕਾਰ ਗਿਫਟ ਕਰਨ ਦਾ ਵਾਅਦਾ ਕੀਤਾ, ਤੁਸੀਂ ਖੁਦ ਹੀ ਸੁਣ ਲਓ। ਇੱਕ ਫਿਲਮ ਨੇ ਇੱਕ ਸਰਟਨ ਪੈਸੇ ਕਮਾਏ, ਜੇ ਇੰਨੇ ਪੈਸੇ ਕਮਾ ਦਿੱਤੇ ਅਸੀਂ ਸੋਨਮ ਨੂੰ ਗੱਡੀ ਦੇਣੀ ਆ, ਤੇ ਇਹ ਮੈਂ ਪ੍ਰੈਸ ਦੇ ਸਾਹਮਣੇ ਅਸੀਂ ਇਹ ਬਿਆਨ ਦੇ ਰਹੇ ਹਾਂ, ਮੈਂ ਤੇ ਪਵਨ ਭਾਜੀ ਨੇ, ਅਸੀਂ ਮਤਲਬ ਸੋਨਮ ਨੂੰ ਗੱਡੀ ਦੇਣੀ ਆ। ਪ੍ਰੈਸ ਵੀ ਕਹਿੰਦੀ ਹੁੜੀਆ ਹਰ ਫਿਲਮ ਚ ਆ ਜਾਂਦੇ ਆ, ਕਿਹੜੀ ਤਫਾ ਮਿਲੂਗਾ? ਨਹੀਂ ਨਹੀਂ, ਸੱਚੀ ਅਸੀਂ ਸੱਚੀ ਜਵਾਬ ਦੇ ਰਹੇ ਹਾਂ। ਹਾਂ, ਹੋਰ ਦੇਖ ਲਓ, ਪ੍ਰੈਸ ਨੇ ਕਹਿਣਾ ਹਰ ਫਿਲਮ ਚ ਇਹਨਾਂ ਦਾ ਅਸੀਂ ਨਹੀਂ ਮੁਕਰੇ, ਕਪਿਲ ਸ਼ਰਮਾ ਦੇ ਸ਼ੋਅ ਦੇ ਵਿੱਚ ਕਰਨ ਔਜਲਾ, ਦਿਵਾਇਨ ਤੇ ਬਾਦਸ਼ਾਹ ਮਸਤੀ ਕਰਦੇ ਹੋਏ ਨਜ਼ਰ ਆਉਣਗੇ। ਕਰਨ ਔਜਲਾ ਦੇ ਕੁਝ ਪੋਡਕਾਸਟ ਵੀ ਇੰਨੇ ਦਿਨੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੇ ਨੇ। ਤੇ ਇੰਨਾ ਹੀ ਨਹੀਂ, ਧਰਮਾ ਪ੍ਰੋਡਕਸ਼ਨ ਦੀ ਰਿਲੀਜ਼ ਹੋਣ ਵਾਲੀ ਫਿਲਮ ਬੈਡ ਨਿਊਜ਼, ਜਿਸ ਦੇ ਵਿੱਚ ਸਾਨੂੰ ਐਮੀ ਵਿਰਕ ਵੀ ਨਜ਼ਰ ਆਉਣਗੇ। ਕਰਨ ਔਜਲਾ ਨੇ ਇਸ ਫਿਲਮ ਦੇ ਇੱਕ ਗੀਤ ਨੂੰ ਸ਼ੂਟ ਕੀਤਾ ਹੈ, ਜਿਸ ਦੀ ਜਾਣਕਾਰੀ ਉਹਨਾਂ ਨੇ ਸੋਸ਼ਲ ਮੀਡੀਆ ਅਕਾਊਂਟ ਤੇ ਸਭ ਦੇ ਨਾਲ ਸਾਂਝੀ ਕੀਤੀ। ਹੁਣ ਗੱਲ ਕਰ ਲੈਂਦੇ ਹਾਂ ਬਾਲੀਵੁੱਡ ਦੇ ਵਿੱਚ ਇਸ ਸਮੇਂ ਜੋ ਹੌਟ ਨਿਊਜ਼ ਬਣੀ ਹੋਈ ਹੈ ਉਸ ਬਾਰੇ। ਜੀ ਹਾਂ, ਸੋਨਾਕਸ਼ੀ ਸਿਨਹਾ ਦਾ ਵਿਆਹ ਹੋਣ ਵਾਲਾ ਹੈ। ਇਸ ਤਰ੍ਹਾਂ ਦੀਆਂ ਖਬਰਾਂ ਸਭ ਦੇ ਸਾਹਮਣੇ ਆ ਰਹੀਆਂ ਨੇ ਕਿ 23 ਜੂਨ ਨੂੰ ਉਹ ਆਪਣੇ ਬੁਆਏਫ੍ਰੈਂਡ ਦੇ ਨਾਲ ਵਿਆਹ ਕਰਾਉਣ ਜਾ ਰਹੇ ਨੇ। ਹਾਲਾਂਕਿ ਇਹ ਵੀ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਇਹ ਜੋ ਵਿਆਹ ਹੈ ਪਰਿਵਾਰ ਦੀ ਰਜ਼ਾਮੰਦੀ ਤੋਂ ਬਗੈਰ ਹੋ ਰਿਹਾ ਹੈ। ਬਹਰਹਾਲ ਤੇ ਹਰ ਕਿਸੇ ਦੀਆਂ ਨਜ਼ਰਾਂ ਸੋਨਾਕਸ਼ੀ ਸਿਨਹਾ ਤੇ ਜ਼ਹੀਰ ਦੇ ਵਿਆਹ ਤੇ ਵੀ ਟਿਕੀਆਂ ਹੋਈਆਂ ਨੇ। ਐਂਟਰਟੇਨਮੈਂਟ ਜਗਤ ਦੀ ਹਰ ਅਪਡੇਟ ਲੈ ਕੇ ਅਸੀਂ ਤੁਹਾਡੇ ਨਾਲ ਜੁੜਦੇ ਰਹਾਂਗੇ। ਤਦ ਤੱਕ ਫਨਫਲਿਕਸ ਨੂੰ ਤੁਸੀਂ ਇਸੇ ਤਰ੍ਹਾਂ ਦਿੰਦੇ ਰਹੋ ਪਿਆਰ।